ਸੁਣਿਆ ਸੀ ਕੋਈ ਆਪਣੀ ਜੰਜ ਆ ਤੇ ਜਾਂਜੀ ਹੋਰ ਮੈਂ ਤੁਹਾਨੂੰ ਜਨਾਜ਼ੇ ਦੀ ਬੁਕਿੰਗ ਦੇਣੀ ਆ ਬਈ ਜੁਗਤਾਂ ਵੀ ਚੰਗੀਆਂ ਕਰਦਾ ਭੌਰਾ ਆਉਂਦੀਆਂ ਨਸੀਬਾਂ ਨਾਲ ਏ ਘੜੀਆਂ ਤੇਰੇ ਸਿਰ ਨੂੰ ਸਜਾਇਆ ਅੱਛਾ ਇਹਦੀਆਂ ਭਾਵੇਂ ਅੱਖਾਂ ਬੰਦ ਨਾ ਮੇਰੀਆਂ ਖੋਲਦੀਆਂ ਤੂੰ ਚੰਨ ਸਾਨੂੰ ਚੋਰੀ ਚੋਰੀ ਤੱਕ ਦੰਦੇ ਹੱਸਦਾ ਹੌਲੀ ਹੌਲੀ ਤਾਰਿਆਂ ਦਾ ਕੰਮ ਬਹੁਤ ਵਧੀਆ ਲੇਕਿਨ ਪੁੱਤ ਨਸੀਬਾਂ ਦੀ ਗੱਲ ਆ ਸਾਡੀ ਲੱਕੜ ਦੀ ਪੌੜੀ ਤੇ ਕੋਈ ਗਾਹਕ ਚੜਦਾ ਹੀ ਨਹੀਂ ਹਰੇ ਹੁੰਦੇ ਚ ਵੀ ਕਰੰਟ ਆ ਗਿਆ ਖਾਸਾ ਬਾਹਰ ਇੱਕ ਗਾਹਕ ਆਇਆ ਤੇ ਗਾਹਕ ਨੂੰ ਨਜ਼ਰ ਨਹੀਂ ਆਉਂਦਾ ਅੱਖਾਂ ਤੋਂ ਤੇ ਪਹਿਲੇ ਵੀ ਕੰਮ ਉਹਨਾਂ ਦੇ ਦੋ ਕੁ ਚੈੱਕ ਕੀਤੇ ਨੇ ਪੈਸੇ ਬਹੁਤ ਦਿੰਦੇ ਨੇ ਤੇਰੀਆਂ ਖੈਰ ਹੈ ਪੁੱਤ ਜਿਹਨੂੰ ਨਹੀਂ ਨਜ਼ਰ ਆਉਂਦੀਆਂ ਸਗੋਂ ਚੰਗਾ ਉਹ ਸੜਕ ਤੇ ਹੱਸ ਕੇ ਨਾ ਹੋ ਕੇ ਕਿੰਨੀਆਂ ਕੁ ਵੇਲਾਂ ਫੜ ਗਏ ਸੀ ਲੈ ਪੁੱਤ ਬਿਸਮਿਲ੍ਲਾ ਕਰ ਕੇ ਲਿਆ ਗਾਹਕ ਨੂੰ ਲਓ ਗਾਹਕ ਦੀ ਕਿੱਡੀ ਲੰਮੀ ਉਮਰ ਆ ਵਾਲੇਕੁਮ ਸਲਾਮ ਗੱਲ ਇਹ ਵਾ ਕਿ ਜੀ ਭਾਵੇਂ ਤੁਹਾਨੂੰ ਦੀਦਾ ਨਹੀਂ ਲੇਕਿਨ ਜ਼ਬਾਨ ਕਮਾਲ ਆ ਵਧੀਆ ਗਾਉਂਦੇ ਹੋ ਤੁਸੀਂ ਜੀ ਆ ਜੀ ਆ ਸ਼ੁਕਰ ਹੈ ਗਾ ਲਈਦਾ ਤੇ ਕਿਸ ਦਿਨ ਦਾ ਆਪਣਾ ਸੁਣਿਆ ਸੀ ਕੋਈ ਆਪਣੀ ਜੰਜ ਆ ਤੇ ਜੰਜੀ ਹੋਰ ਮੈਂ ਤੁਹਾਨੂੰ ਜਨਾਜ਼ੇ ਦੀ ਬੁਕਿੰਗ ਦੇਣੀ ਆ ਬਈ ਜੁਗਤਾਂ ਵੀ ਚੰਗੀਆਂ ਕਰਦਾ ਭੌਰਾ ਅੱਛਾ ਗੱਲ ਇਹ ਕਿ ਕਦੋਂ ਦੀ ਬਰਾਤ ਹੈ ਜੀ ਆਪਣੀ ਜੀ ਮਹਿੰਦੀ ਵਾਲੇ ਦਿਨ ਚਾਹੀਦਾ ਢੋਲ ਲਵਾ ਖਾਨ ਸਾਹਿਬ ਤੇ ਚੰਗਾ ਢੋਲ ਕੌਣ ਵਜਾਉਂਦਾ ਭਾਈ ਰੁਸਤਮ ਤੇ ਬਰਾਤ ਵਾਲੇ ਦਿਨ ਚਾਹੀਦਾ ਵਾਜਾ ਲਓ ਲਾਹੌਰ ਚ ਵਾਜਾ ਵੀਰੇ ਸਾਡਾ ਹੀ ਵੱਜਿਆ ਆ ਜੀ ਇਹ ਪਤਾ ਲੱਗਣ ਡਿਆ ਬਹੁਤ ਵੱਜਿਆ ਨਹੀਂ ਤੇ ਆਪਣਾ ਜਿਹੜਾ ਵਾਜਾ ਆਪਣਾ ਟਾਈਮ ਬਰਾਤ ਦਾ ਕਿੰਨੇ ਵਜੇ ਦਾ ਸੀ ਜਰਾ ਬਿਜ਼ੀ ਲੋਕ ਹੁੰਨੇ ਆ 6 ਤਰੀਕ ਚੰਗਾ ਸਵੇਰ 6 ਵਜੇ ਦੀ ਬਰਾਤ ਸਵੇਰ 6 ਵਜੇ ਵੋਟੀ ਲੈਣ ਜਾਣਾ ਜਾਂ ਦੁੱਧ ਲੈਣ ਜਾਣਾ ਉਹ ਤੁਹਾਨੂੰ ਪਤਾ ਹੈ ਜ਼ਿੰਦਗੀ 'ਚ ਇੰਨੀ ਵੇਲ ਤੁਹਾਨੂੰ ਨਹੀਂ ਹੋਈ ਹੋਣੀ ਜਿੱਡੀ ਸਾਡੇ ਵਿਆਹ ਤੋਂ ਹੁੰਦੀ ਆ ਖੈਰ ਤੁਸੀਂ ਆਈ ਭਾਗਾਂ ਵਾਲੇ ਮੋਤੀਆਂ ਵਾਲੇ ਹੋ ਅੱਛਾ 6 ਤਰੀਕ ਦੀ ਬਰਾਤ ਹੈ ਤੁਹਾਡੀ ਜੀ ਤੇ ਬੰਦੇ ਜੰਜ ਨਾਲ ਕਿੰਨੇ ਕੁ ਹੋ ਜਾਣਾ ਬੰਦਾ ਜੰਜ ਦੇ ਵਿੱਚ ਹੋਏਗਾ ਜੀ 350-400 ਮੋਤੀਆਂ ਵਾਲਿਓ ਮੈਂ ਜੰਜ ਦੀ ਨਹੀਂ ਗੱਲ ਕਰ ਰਿਹਾ ਮੈਂ ਪੁੱਛ ਰਿਹਾ ਕਿ ਵਾਜੇ ਵਾਲੇ ਕਿੰਨੇ ਹੋਵਣ ਅਸੀਂ ਜੰਜੀਆਂ ਦੀ ਗੱਲ ਦੱਸ ਰਹੇ ਤੁਸੀਂ ਤਾਂ ਬੰਦੇ ਹੈ ਹੀ ਨਹੀਂ ਬਹੁਤ ਅੱਛੇ ਪੁੱਤਰ ਹੁਣ ਮੰਮ ਕਹਿੰਦਾ ਮਸਲਾ ਨਾ ਹੋਵੇ ਤੇ ਗੱਲਾਂ ਬਹੁਤ ਮਿਸੀਟ ਹੋ ਰਹੀਆਂ ਅਦਾਈ ਗਾਹਕ ਆ ਰੋਜ਼ੀ ਜੀ ਕਮਾਉਣੀ ਹੋਈ ਬੱਚਿਆਂ ਦੀ ਉਹ ਕਿਨੂੰ ਅਤਾਈ ਕਹਿ ਰਿਹਾ ਓਏ ਤੇਰੀਆਂ ਖੈਰਾਂ ਜਿਵੇਂ ਪਿਆ ਤੂੰ ਅੱਖਾਂ ਵੀ ਤੇਰੀਆਂ ਖਰਾਬ ਆ ਔਰ ਹਲਕਾ ਜਿਹਾ ਤੇਰਾ ਜ਼ੇਹਨ ਵੀ ਖਰਾਬ ਉਹ ਜ਼ੇਹਨ ਖਰਾਬ ਹੋਵੇ ਅਤਾਈ ਕਦ ਲਈ ਕਿਹਾ ਤੂੰ ਮੈਨੂੰ ਆ ਤੂੰ ਕਦ ਲਈ ਅਤਾਈ ਕਿਹਾ ਮੈਨੂੰ ਓਏ ਕਿਉਂ ਮੋਤੀ ਵਾਲੇ ਕੀ ਹੋਇਆ ਸਾਡੀ ਗਲੀ ਤੇ ਡਰਦਾ ਰਕਸ਼ੇ ਵਾਲਾ ਨਹੀਂ ਵੜਦਾ ਉਹ ਕਿਉਂ ਜੀ ਬੰਦ ਆ ਅੱਗੋਂ ਜੇ ਹਲਕੀ ਜੀ ਮੈਂ ਬਦਤਮੀਜ਼ੀ ਕਰਾਂ ਤੇ ਆ ਰਿਜ਼ਕ ਵੀ ਬੰਦ ਆ ਕੰਮ ਤੁਸੀਂ ਮੇਰੀ ਮਰਜ਼ੀ ਦਾ ਕਰਨਾ ਜਨਾਬ ਨੇ ਕੋਈ ਪਲਾਟ ਸ਼ੁਰੂ ਕੀਤਾ ਪਲਾਟ ਪਲੋਟ ਦੀ ਗੱਲ ਨਾ ਕਰੋ ਤੁਸੀਂ ਕੋਠੀਆਂ ਪਾ ਲੈਣੀਆਂ ਸੀਨੀਆਂ ਕਵੇਲਾਂ ਦੇਣੀਆਂ ਬਾਜਿਆਂ ਵਾਲੀ ਵਰਦੀ ਛੱਡ ਕੇ ਤੁਸੀਂ ਬੋਸਕੀ ਤੇ ਸੂਟ ਪਾਉਣ ਲੱਗ ਪਵੋਗੇ ਇੰਨਾ ਪੈਸਾ ਹੋ ਜਾਏਗਾ ਤੇਰੀਆਂ ਖੈਰਾਂ ਤੇਰੇ ਦੁੱਧ ਪੁੱਤ ਦੀਆਂ ਖੈਰਾਂ ਤੇਰੇ ਮੂੰਹ ਮੇ ਬੋਸਕੀ ਕਿਆ ਅੱਛਾ ਲੱਗਾ ਬੇਟਾ
ਬਾਕੀ ਇਹ ਆ ਕਿ ਕੰਮ ਮੇਰੀ ਮਰਜ਼ੀ ਦਾ ਹੋਣਾ ਚਾਹੀਦਾ। ਨਹੀਂ ਸਰ, ਤੁਹਾਡੀ ਮਰਜ਼ੀ ਦਾ ਕੰਮ ਹੋਊ, ਅਸੀਂ ਆਈ ਸੁਰੀਲੇ ਕਸਬੀ ਲੋਕ ਆ। ਮੈਂ ਗਾ ਕੇ ਸ਼ੇਰਾ ਸੁਣਾਵਾਂਗਾ ਤੁਹਾਨੂੰ। ਅੱਛਾ ਜੀ, ਓਏ ਤੁਸੀਂ ਵਾਜੇ 'ਚ ਵਜਾਉਣਾ। ਲਓ ਕੋਈ ਗੱਲ ਨਹੀਂ, ਕੋਈ ਨਹੀਂ ਜੀ, ਅੱਜ ਤੋਂ ਵਿੱਚ ਸੁਣਾਈਏ। ਸੁਣਾਓ ਜੀ। ਆਉਂਦੀਆਂ ਨਸੀਬਾਂ ਨਾਲ ਇਹ ਕਣੀਆਂ, ਆਉਂਦੀਆਂ ਨਸੀਬਾਂ ਨਾਲ ਇਹ ਕਣੀਆਂ, ਤੇਰੇ ਗੱਲ ਸੁਣੋ, ਤੁਹਾਡਾ ਵਿਆਹ ਅਸੀਂ ਵਜਾਉਂਦੇ ਅਤੇ ਸਾਡਾ ਫਿਰ ਤੁਸੀਂ ਵਜਾਇਓ, ਕਿਉਂਕਿ ਗਲਾ ਤੁਹਾਡਾ ਬਹੁਤ ਵਧੀਆ। ਅੱਛਾ ਗੱਲ ਸੁਣੋ, 6 ਤਰੀਕ ਤਾਂ ਅਸੀਂ ਲਿਖ ਲਈ ਅਤੇ ਐਡਵਾਂਸ ਹੋਊ ਜੀ 15,000 ਰੁਪਈਆ। 25,000 ਦਿਆਂਗੇ, 25,000। ਕਿਆ ਕਹਿੰਦੇ, ਕਿਆ ਭਾਗਾਣਾ ਬੱਚਾ, ਇਹਦੀਆਂ ਭਾਵੇਂ ਅੱਖਾਂ ਬੰਦ ਆ, ਮੇਰੀਆਂ ਖੋਲਤੀਆਂ ਤੂੰ। ਜਹਾਜ਼ ਚ ਬੈਠਾ, ਜਹਾਜ਼ ਉੱਡਣ ਲੱਗਾ ਤੇ ਕਹਿੰਦਾ ਯਾਰ ਲੈ ਜਹਾਜ਼ ਕ੍ਰੈਸ਼ ਹੋ ਜਾਵੇ। ਉਹ ਲੋਕਾਂ ਮਾਰੀਆਂ ਚਪੇੜਾਂ, ਉਹਨਾਂ ਕਹੋ ਕੀ ਕੰਮ ਕਰਨ ਡਿਆ। ਕਹਿੰਦਾ ਤੁਹਾਡਾ ਤੇ ਕੁਝ ਨਹੀਂ ਬਣਨਾ, ਮੈਂ ਮਰ ਗਿਆ ਨਾ ਬਣ ਜਾਏਗਾ, ਖਾਨ ਸਾਹਿਬਾਂ ਦਾ ਮੁੰਡਾ ਜਹਾਜ਼ 'ਚ ਮਰੇ। ਬਹੁਤ ਫਿੱਟੇ ਮੂੰਹ ਬਈ, ਬਹੁਤ ਕੂੜ ਬਤਾਈ ਲੈ ਬੱਚਾ। ਬਰਾਤ ਤੋਂ ਪਹਿਲੇ ਕੋਈ ਬੰਦਾ ਪਹੁੰਚਣਾ ਨਹੀਂ ਚਾਹੀਦਾ, ਮੇਰੇ ਕੋਲ ਟਾਈਮ ਨਾ ਪਹੁੰਚਣਾ, ਅੱਗੋਂ ਪਹੁੰਚਾਉਣਾ ਸਾਡਾ ਕੰਮ ਆ। ਨਹੀਂ ਤੁਸੀਂ ਪਹੁੰਚਾਉਣਾ ਜੀ, ਤਾਂ ਆਪਣਾ ਜਿਹੜਾ ਪਿੱਛੇ ਸਾਡੀਆਂ ਸੀਟਾਂ ਸੁੱਟਾਂ ਰੱਖ ਲੈਣਾ, ਗਰਮੀ ਬਹੁਤ ਆ, ਉੱਤੇ ਬਹਿੰਦਾ ਬੰਦਾ ਚੰਗਾ ਨਹੀਂ ਲੱਗਦਾ। ਨਹੀਂ ਨਹੀਂ ਤੁਸੀਂ ਬੜੇ ਪ੍ਰੋਟੋਕੋਲ ਨਾਲ ਪਹੁੰਚੋਗੇ ਜੀ, ਬਾਜਾਂ ਆਉਂਦੀਆਂ ਹੋਣਗੀਆਂ, ਰੂਟਰ ਵੱਜਣਗੇ। ਇਹ ਭੌਰਾ ਸਾਨੂੰ ਗੰਗਾ ਰਾਮ ਖੜ ਰਿਹਾ। ਨਹੀਂ 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 ਨਹੀਂ, ਇਹ ਤੁਸੀਂ ਨਾ ਛੱਡੋ ਹੱਥ ਕਿਤੇ ਤੁਹਾਡਾ। ਆ ਲਓ ਜੀ, ਕੋਈ ਹੱਥ ਹੀ ਨਾ ਕਰ ਜਾਣਾ ਮੇਰੇ ਨਾਲ, ਬੜੀ ਮਿਹਰਬਾਨੀ। ਲਓ ਜੀ, 6 ਤਰੀਕ ਦੀ ਬਰਾਤ ਹੋ ਗਈ ਤੁਹਾਡੀ ਤੇ ਟਾਈਮ ਹੋ ਗਿਆ 12 ਵਜੇ ਦਾ। ਹੋ ਗਿਆ, ਬੰਦੇ ਹੋ ਗਏ 13, ਲਿਖ ਲਿਆ ਤੁਹਾਡਾ ਸਾਡਾ ਡਨ ਹੋ ਗਿਆ। ਅਗਲੀਆਂ ਗੱਲਾਂ ਵੀ ਲਿਖ ਲਓ। ਉਹ ਲਿਖਾਓ ਜੀ, ਦਿਲ ਤੇ ਲਿਖ ਲਓ। ਦਿਲ ਤੇ ਕਿਉਂ, ਮਸ਼ੂਕ ਆ ਤੁਸੀਂ ਮੇਰੀ? ਪਹਿਲੀ ਬਰਾਤ ਆਈ ਮੇਰੀ। ਅੱਛਾ ਜੀ, ਆਈਟੀ ਸ਼ਰੀਕਾ ਬਰਾਦਰੀ ਆ ਸਾਡੀ। ਵਾਹ, ਕੀ ਕਹਿੰਦੇ ਜੀ ਜੀ, ਦੁਬਈਓ ਤਾਇਆ ਆਇਆ ਸੀ। ਆਹ ਬਾ, ਵੱਡੇ ਲੋਕ ਜੀ ਹੋਏ ਤਾਂ ਦੁਬਈਓ ਤਾਇਆ ਤਾਂ ਆਉਣਾ ਹੀ ਸੀ ਫਿਰ। ਐਂ ਕਰਕੇ ਉਹਨੇ ਮੈਨੂੰ ਘੋੜੀ ਤੇ ਵਾਇਆ। ਵਾਹ ਵਾਹ, ਸ਼ਗਨ ਵਾਲੇ ਕੰਮ। ਪਤਾ ਨਹੀਂ ਕੀ ਹੋਇਆ, ਇੰਜ ਉਹਨੇ ਕੱਢੀ ਇੱਕ ਲਸਣ, ਪੂਰੇ ਖੜਾਕ। ਕਹਿੰਦਾ ਨਾ ਤੇਰੇ ਆਉਣ ਤੇ ਖੜਾਕ ਬੜੇ ਹੋਣਗੇ। ਦੇਖੋ ਜੀ, ਅਸੀਂ ਕੰਮ ਤੋਂ ਪਹਿਲੇ ਦੱਸ ਦਈਏ, ਅਸੀਂ ਉਸ ਵਿਆਹ 'ਚ ਨਹੀਂ ਵਜਾਉਂਦੇ ਜਿੱਥੇ ਗੋਲੀ ਚੱਲੇ। ਉਹ ਨਹੀਂ ਨਹੀਂ, ਉਹ ਘੋੜੀ ਨੱਚੀ, ਉਹ ਖਤਰੇ ਵਾਲੀ ਗੱਲ, ਇਹ ਮਤਾਈ ਲੈਣ ਵਾਲੇ ਕੰਮ ਆ। ਖਤਰੇ ਵਾਲੀ ਗੱਲ ਹੀ ਕੋਈ ਨਹੀਂ, ਮੈਂ ਜੋ ਕਹਿ ਰਿਹਾ ਮੋਤੀਆਂ ਵਾਲਿਓ। ਅੱਛਾ, ਤੇ ਗੋਲੀ ਚੱਲੀ ਸਭ ਖੈਰ ਨਾ, ਮਸਲਾ ਹੱਲ ਹੋ ਗਿਆ। ਪੂਰੀ ਜੰਜ ਨੇ ਮਜ਼ਾ ਲਿਆ, ਇੰਜ ਗੋਲੀ ਚੱਲੀ। ਉਹ ਛੰਨੇ ਵਾਲੀ ਗੱਲ ਵੇਖੀ ਤੁਸੀਂ? ਅਸੀਂ ਤੇ ਵੇਖੀ ਆ ਜੀ, ਤੁਸੀਂ ਤੇ ਸੁਣੀ ਆ। ਹਾਂ ਸਭ ਕਿਹਾ ਲੋਕਾਂ ਨੇ ਮਜ਼ਾ ਲਿਆ, ਪਰ ਹੋਇਆ ਇਹ ਕਿ ਗੰਨ ਚੱਲੀ ਆ ਜਾਂ ਕੁਲਫਾ ਦੀ ਠੰਡਾ, ਕਿ ਲੋਕਾਂ ਬਹੁਤ ਮਜ਼ਾ ਲਿਆ। ਇਹ ਮਜ਼ਾ ਤੁਸੀਂ ਵੀ ਬੜਾ ਲੋਗੇ ਇਸ ਗੱਲ ਦਾ। ਗੰਨ ਤੇ ਚੱਲੀ,
ਜਿਹੜਾ ਘੋੜੀ ਦੇ ਅੱਗੇ ਮੂੰਹ ਚ ਪਾ ਕੇ ਕਰ ਰਿਹਾ ਸੀ ਨਾ ਪੂ 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 ਪੂ, ਹਾਂਜੀ ਉਹ ਤੇ ਸੀਨੇ ਚ ਚੱਲ ਗਈ, ਡੈਥ ਹੋ ਗਈ ਉਹਦੀ। ਤੁਹਾਡੀ ਖੈਰ ਹੋਵੇ, ਜਿਹੜੇ ਦਿਨ ਦਾ ਤੁਸੀਂ ਕੰਮ ਦੱਸਿਆ ਮੈਂ ਭੁੱਲ ਗਿਆ, ਡੈਰੀ 'ਚ ਮੈਂ 3-4 ਕੰਮ ਅੱਗੇ ਵੀ ਲਿਖੇ ਆ, ਮੈਨੂੰ ਮਾਫ ਕਰ ਦਿਓ, ਉਸ ਦਿਨ ਮੈਂ ਫਾਰਗ ਨਹੀਂ। ਆ ਮੇਰੀ ਗੱਲ ਸੁਣ, 6 ਤਰੀਕ ਨੂੰ ਮੈਂ ਫਾਰਗ, ਅਗਲਾ ਵਿਆਹ ਜਿਹੜਾ ਨਾ ਮੇਰਾ ਖੈਰ ਖਰੀਦ ਨਾ ਹੋ ਗਿਆ, ਪਹਿਲਾਂ ਹੀ ਮਜ਼ਾ ਆਉਣ ਡਿਆ, ਪਹਿਲਾਂ ਹੀ ਵਿਆਹ ਕਿਰਕਰਾ ਦੀ, ਅਗਲੇ ਦੇ ਲਾਨਤ ਪਾਉਣੀ। ਓਹ ਦੂਸਰੇ ਦੇ ਵਿੱਚ ਕਿਸੇ ਵਾਜੀ ਵਾਲੇ ਨੂੰ ਕੁਝ ਨਹੀਂ ਹੋਇਆ, ਹਾਂ ਸ਼ੁਕਰੀਆ, ਗੋਲੀ ਮਾਸ਼ਾਅੱਲਾ ਤਾਏ ਨੇ ਵੀ ਚਲਾਈ, ਚਾਚਿਆਂ ਨੇ ਵੀ ਚਲਾਈ, ਸਾਰੇ ਵਾਜੀਆਂ ਵਾਲੇ ਬਚ ਗਏ, ਮਾਸਟਰ ਮਰ ਗਿਆ। ਜਨਾਬ ਪੈਸੇ ਫੜੋ ਆਪਣੇ, 6 ਤਰੀਕ ਨੂੰ ਜੇ ਅਗਰ ਟਾਈਮ ਹੁੰਦਾ, ਮੇਰੀ ਗੱਲ ਬਹੁਤ ਆਉਣਾ, ਤੁਹਾਡੀ ਮਿਹਰਬਾਨੀ ਯਾਰ, ਉਹਨੂੰ ਥੱਲੇ ਲਾ ਕੇ ਆ ਭਾਈ, ਮੇਰੀ ਗੱਲ ਸੁਣੋ, ਤੁਹਾਡੀ ਮਿਹਰ ਮੈਨੂੰ ਚਾਹਤ ਪਾ ਕੇ ਸੁੱਟ, ਮੇਰੇ ਹੱਥ ਵੱਜੇ ਸੁਣੇ ਵੇਖ ਲਓ ਯਾਰ, ਤੇਰੀ ਮਿਹਰ, ਤੁਹਾਡੀ ਮਿਹਰਬਾਨੀ, ਪੈਸੇ ਰੱਖੋ, ਮੈਂ ਨਹੀਂ ਬੱਚੇ ਦੀ ਫਾਰਗ ਨਹੀਂ ਗਾ, ਤੁਹਾਡੀ ਮਿਹਰਬਾਨੀ, ਜਾਓ ਜਾਓ, ਛੱਡ ਥੱਲੇ ਛੱਡ ਕੇ ਆਇਆ, ਤੇਰੀ ਮਿਹਰ, ਮੈਂ ਚਲੇ ਜਾਣਾ ਵੀਰੇ ਦੁਕਾਨ ਤੂੰ ਰੱਖ ਲੈ, ਭਾਈ ਜਾਨ ਮੇਰੀ ਗੱਲ ਤਾਂ ਸੁਣੋ, ਭਾਈ ਜਾਨ ਮੇਰੀ ਗੱਲ, ਉਹ ਗੱਲ ਤਾਂ ਸੁਣੋ ਮੇਰੀ।